ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਕੇ ਦੀਆਂ ਸੰਗਤਾਂ ਨੂੰ ਜਾਣ ਕੇ ਖੁਸ਼ੀ ਹੋਏਗੀ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਮਾਗਮ ਜੋ ਗੁਰਮਤ ਸਮਾਗਮ ਮਾਂਚੈਸਟਰ ਵਿਖੇ ਹੀਟਨ ਪਾਰਕ ਵਿਖੇ 8 9 10 11 ਅਗਸਤ ਨੂੰ ਵੀਰ ਸ਼ੁਕਰ ਸ਼ਨਸ਼ਰ ਐਤਵਾਰ ਨੂੰ ਹੋ ਰਿਹਾ ਹੈ ਔਰ ਜੋ ਸਭ ਤੋਂ ਵਿਸ਼ੇਸ਼ ਤੌਰ ਤੇ ਪੰਜ ਪਿਆਰੇ ਸਹਿਬਾਨ ਤਾਕਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਪਹੁੰਚ ਰਹੇ ਹਨ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਹਿਬਾਨ ਅਤੇ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਜੋ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਉਹ ਵੀ ਉੱਚੇਚੇ ਤੌਰ ਤੇ ਪਹੁੰਚ ਰਹੇ ਹਨ ਦਰਬਾਰ ਸਾਹਿਬ ਦੇ ਗ੍ਰੰਥੀ ਸਹਿਬਾਨ ਪਹੁੰਚ ਰਹੇ ਹਨ ਗੁਰੂ ਕੇ ਕੀਰਤਨੀਆਂ ਪਹੁੰਚ ਰਹੇ ਹਨ ਔਰ ਖਾਸ ਕਰਕੇ ਸੰਗਤਾਂ ਪ੍ਰਤੀ ਬੇਨਤੀ ਹੈ 11 ਤਰੀਕ ਨੂੰ ਅੰਮ੍ਰਿਤ ਸੰਚਾਰ ਜੋ ਗੁਰਮਤ ਸਮਾਗਮ ਮਾਂਚੈਸਟਰ ਲੋ ਹੋ ਰਿਹਾ ਹੈ ਉਹਦੇ ਵਿੱਚ ਉੱਚੇ ਚੇਤੇ ਤੌਰ ਤੇ ਤਖਤ ਸ੍ਰੀ ਕੇਸਗਰ ਸਾਹਿਬ ਦੇ ਆਏ ਪੰਜ ਪਿਆਰੇ ਖੰਡੇ ਬਾਟੇ ਦੀ ਪੌਲ ਅੰਮ੍ਰਤਾ ਬਲਾਖੀ ਨੂੰ ਬੇਨਤੀ ਹੈ ਜੋ ਕੋਕਾਰ ਗੁਰਮਤ ਸਮਾਗਮ ਵੱਲੋਂ ਦਿੱਤੇ ਜਾਣਗੇ ਆਪ ਜੀ ਸਮੇਂ ਸਿਰ ਆਉਣ ਦੀ ਕਿਰਪਾਲਤਾ ਕਰੋ ਕਿ ਚਾਰੇ ਦਿਨ ਵੀਰ ਸ਼ੁਕਰ ਸ਼ਿੰਸ਼ਰ ਐਤਵਾਰ ਨੂੰ ਜੋ ਮਾਂਚੈਸਟਰ ਦਾ ਯੂਕੇ ਦਾ ਨਾਰਥ-ਵੈਸਟ ਦਾ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਹੋ ਰਿਹਾ ਹੈ ਜੋ 2024 ਜੋ 8 9 10 11 ਅਗਸਤ ਨੂੰ ਹੋ ਰਿਹਾ ਹੈ ਆਪ ਜੀ ਸਮੇਸਰ ਆਉਣ ਦੀ ਕਿਰਪਾਤਾ ਕਰੋ ਪ੍ਰਬੰਧਕ ਵੀਰਾਂ ਨੂੰ ਧੰਵਾਦੀ ਬਣਾਓ ਤੇ ਆਪਣੀਆਂ ਅਸੀਸਾਂ ਬਖਸ਼ੋ ਦੁਬਾਰਾ ਫਿਰ ਸੰਗਤਾਂ ਦਾ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਨੂੰ ਜਾਣ ਕੇ ਖੁਸ਼ੀ ਹੋਏਗੀ ਇਸ ਸਾਲ ਵੀ ਜੋ 2024 8 9 10 11 अगस्ट ਨੂੰ ਜੋ ਸਾਲਾਨਾ ਸਮਾਗਮ ਮਾਂਚਸਟਰ ਹੋਇਆ ਹੁੰਦਾ ਹੈ ਇਸ ਵਾਰੀ ਹੀਟਨ ਪਾਰਕ ਵਿਖੇ ਹੋ ਰਿਹਾ ਹੈ ਔਰ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਖੇ ਜੋ ਵਿਸ਼ੇਸ਼ ਕਰਕੇ ਬੀਬੀਆਂ ਦੂਰੋਂ ਨੇੜੋਂ ਚਲ ਕੇ ਆਈਆਂ ਹਨ ਜਿੱਥੇ ਉਹ ਸਮਾਗਮੰਦ ਵਿੱਚ ਪਿਛਲੇ ਸਾਲ ਵੀ ਨਾਲ ਵੱਧ ਚੜ ਕੇ ਹਿੱਸਾ ਲਿਆ ਹੈ ਇਸ ਵਾਰੀ ਵੀ ਹਿੱਸਾ ਲੈਣ ਵਾਸਤੇ ਸਾਰੀਆਂ ਬੀਬੀਆਂ ਆਪਣਾ ਕੀ ਸਹਿਯੋਗ ਦੇ ਰਹੀਆਂ ਹਨ ਆਪਾਂ ਬੀਬੀਆਂ ਜੀ ਪਾਸੋਂ ਸਾਰੀਆਂ ਵਿਚਾਰ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਇਸ ਵਾਰੀ ਫੇਰ ਪ੍ਰੋਗਰਾਮ ਹੋ ਰਿਹਾ 8 9 10 ਅਗਸਤ ਨੂੰ ਆਪ ਜੀ ਕੀ ਮਹਿਸੂਸ ਕਰ ਰਹੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸਾਇਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਮਿਹਰ ਅਪਾਰ ਬਖਸ਼ਿਸ਼ ਸਤਕਾ ਇਸ ਵਾਰ ਵੀ ਸਲਾਨਾ ਗੁਰਮਤ ਸਮਾਗਮ ਜੋ ਮੈਂਚੈਸਟਰ ਵਿੱਚ 8 9 10 11 ਅਗਸਤ ਨੂੰ ਹੋ ਰਿਹਾ ਹਨ ਉਹ ਅਸੀਂ ਭਾਗਾ ਵਾਲੀ ਸੰਗਤ ਹੈ ਜੋ ਸਾਡੇ ਸ਼ਹਿਰ ਵਿੱਚ ਇਹ ਵੱਡਾ ਗੁਰਮਤ ਸਮਾਗਮ ਹੋ ਰਿਹਾ ਹੈ ਦੂੜੋ ਨੇੜੋ ਸੰਗਤਾ ਚਲ ਕੇ ਆਂਦੀਆਂ ਹਨ ਪਿਛਲੇ ਸਾਲ ਵੀ ਸੰਗਤਾ ਨੇ ਗੁਰਬਾਣੀ ਕੀਰਤਨ ਦਾ ਲਾਹਾ ਖਟਿਆ ਬੱਚਿਆਂ ਨੇ ਅੰਮ੍ਰਿਤ ਛਕਿਆ ਅੰਮ੍ਰਿਤ ਪਾਨ ਕੀਤਾ ਪੰਥ ਦੇ ਮਹਾਨ ਪੰਜ ਪਿਆਰੇ ਸ਼੍ਰੀ ਕੇਸਗੜ ਸਾਹਿਬ ਤੋਂ ਆ ਰਹੇ ਹਨ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਭਾਈ ਗਿਆਨੀ ਬਲਜੀਤ ਸਿੰਘ ਜੀ ਗਿਆਨੀ ਸਿੰਘ ਸਾਹਿਬ ਗਿਆਨੀ ਸਿੰਘ ਸਾਹਿਬ ਰਕबीर ਸਿੰਘ ਜੀ ਵੀ ਦਰਸ਼ਨ ਦੇ ਰਹੇ ਹਨ ਉਹ ਵੀ ਸਾਰੀ ਸੰਗਤਾਂ ਦੇ ਦਰਸ਼ਨ ਕਰਨਗੇ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਸ਼ਹਿਰ ਵਿੱਚ ਇਹ ਸਮਾਗਮ ਹੋ ਰਿਹਾ ਹੈ ਬੱਚੇ ਪੈਨ ਪਰਾਰੇ ਸਾਰੇ ਗੁਰਸਿੱਖੀ ਵੱਲ ਵਧ ਰਹੇ ਹਨ ਇਹੀ ਸਮਾਗਮਾਂ ਦਾ ਸਦਕਾ ਹੀ ਗੁਰਸਿੱਖੀ ਵੱਧਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਐਸਵਰੀ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਜੋ ਤਕਤ ਸ੍ਰੀ ਕੇਸਗਰ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਰਹੇ ਹਨ ਆ ਰਹੇ ਹਨ ਔਰ ਕਾਲ ਤੱਕ ਸਭ ਦੇ ਜਥੇਦਾਰ ਵੀ ਔਰ ਸ੍ਰੀ ਦਰਬਾਰ ਸਾਹਿਬ ਤੋਂ ਇਹ ਮੁੱਖ ਸੇਵਾਦਾਰ ਗ੍ਰੰਥੀ ਜੋ ਹੱਡ ਗ੍ਰੰਥੀ ਉਹ ਵੀ ਪਹੁੰਚ ਰਹੇ ਹਨ ਆਪ ਜੀ ਅੰਮ੍ਰਿਤ ਸੰਚਾਰ ਬਾਰੇ ਕੀ ਦੱਸਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ 사נגਤ ਜੀ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਲਾਨਾ ਗੁਰਮਤ ਸਮਾਗਮ ਹੋ ਰਿਹਾ ਹੈ ਸਾਡੇ ਸ਼ਹਿਰ ਵਿੱਚ ਮੈਂਚੈਸਟਰ ਵਿੱਚ ਆਪ ਸਭ ਜੀ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਹਮੋਂ ਮਾਕੇ ਦਰਸ਼ਨ ਦਿਓ ਤੇ ਅੰਮ੍ਰਿਤ ਛਕਣ ਦੇ ਬਾਰੇ ਵਿੱਚ ਇਹ ਹੈਗਾ ਕਿ ਅ ਬੱਚੇ ਜੋ ਛੋਟੇ ਬੱਚੇ ਹਨ ਉਹ ਵੀ ਅੰਮ੍ਰਿਤ ਛਕ ਰਹੇ ਨੇ ਤੇ ਮਤਲਬ ਇਹ ਜ਼ਿਆਦਾ ਹੋ ਰਿਹਾ ਹੈ ਪ੍ਰਮੋਟ ਹੋ ਰਿਹਾ ਹੈ ਸਾਰੇ ਖੁਸ਼ ਹੋ ਰਹੇ ਨੇ ਇਸ ਸਮਾਗਮ ਦੇ ਨਾਲ ਬੱਚੇ ਵੀ ਅੱਗੇ ਆ ਰਹੇ ਨੇ ਵੱਟ ਚੜ ਕੇ ਕਿ ਉਹ ਅੰਮ੍ਰਿਤ ਛਕਣ ਤੇ ਸਿੱਖੀ ਵੱਲ ਵਧ ਰਹੇ ਨੇ ਤੇ ਇਹ ਸਮਾਗਮ ਦਾ ਇਸ ਤਰੀਕੇ ਦਾ ਬਹੁਤ ਫਾਇਦਾ ਹੋ ਰਿਹਾ ਹੈ ਕਿ ਬੱਚੇ ਵੱਧਰੇ ਨੇ ਸਮਾਗਮ ਨਾਲ ਆਪਣੇ ਅਮਰਤ ਚakre ਨੇ ਗੁਰੂ ਨਾਲ ਜੁੜ ਰਹੇ ਨੇ ਗੁਰਦੇ ਚਰਨਾਂ ਨਾਲ ਜੁੜ ਰਹੇ ਨੇ ਬਸ ਜੀ ਆਈਏ ਬਹੁਤ ਵਧੀਆ ਇਹ ਸਾਧ ਸੰਗਤ ਜੀ ਉਹ ਸਾਹੀ ਵੱਡੇ ਭਾਗਾ ਵਾਲੇ ਹਾਂ ਜੋ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਰਹੇ ਹਨ ਸੰਗਤਾਂ ਪ੍ਰਤੀ ਬੇਨਤੀ ਹੈ ਕਿਉਂਕਿ ਪੰਜ ਪਿਆਰੇ ਸਹਿਬ ਹਰ ਇੱਕ ਦਾ ਮਨ ਕਰਦਾ ਹੁੰਦਾ ਹੈ ਵੀ ਸਾਡੇ ਗ੍ਰਹਿ ਵਿਖੇ ਸਾਡੇ ਘਰ ਵਿਖੇ ਚਰਨ ਪਾਉਣ ਉਹ ਤਖਤ ਸਾਹਿਬ ਤੋਂ ਜੋ ਪੰਜ ਪਿਆਰੇ ਨੇ ਬੀਬੀ ਜੀ ਕੀ ਮਹਿਸੂਸ ਕਰ ਦੇ ਜੀ ਹਾਂਜੀ ਸਭੂ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਤਨਪਾਗ ਵਾਲੇ ਹਾਂ ਕਿ ਜਗਾ ਜਗਾ ਤੋਂ ਸਾਰੇ ਰਾਗੀ ਪੰਜ ਪਿਆਰੇ ਸਭ ਇੱਥੇ ਪਹੁੰਚ ਰਹੇ ਹਨ ਤੇ ਸਾਨੂੰ ਉਹਨਾਂ ਦੇ ਦਰਸ਼ਨ ਹੋ ਰਹੇ ਹਨ ਸਾਡੇ ਬੱਚੇ ਉਹਨਾਂ ਦਾ ਕਥਾ ਕੀਰਤਨ ਸਭ ਕੁਝ ਸੁਣਨਗੇ ਸਾਨੂੰ ਗੁਰਮਤਿ ਬਾਰੇ ਪਤਾ ਲੱਗੇਗਾ ਬੱਚਿਆਂ ਨੂੰ ਪਤਾ ਲੱਗੇਗਾ ਕਿ ਨਾਲੇ ਅੰਮ੍ਰਿਤ ਛਕਵਾਇਆ ਜਾਏਗਾ ਸਭ ਤੋਂ ਵੱਡੀ ਗੱਲ ਹੈ ਕਿ ਛੋਟੇ-ਛੋਟੇ ਬੱਚਾ ਨੂੰ ਸ਼ੌਂਕ ਪੈਦਾ ਹੋ ਰਿਹਾ ਹੈ ਕਿ ਉਹ ਅੰਮ੍ਰਿਤ ਛਕ ਰਹੇ ਹਨ ਬਹੁਤ ਵਧੀਆ ਤੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਧਰਤੀ ਤੇ ਵੀ ਪੰਜ ਪਿਆਰਿਆਂ ਦੇ ਚਰਨ ਪਾਣਗੇ ਤੇ ਅਸੀਂ ਤਨਪਾਗ ਵਾਲੇ ਹਾਂ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਹਮ ਹਮਾ ਕੇ ਪਹੁੰਚੋ ਤੇ ਗੁਰੂ ਘਰ ਦੀ ਖੁਸ਼ੀ ਆਪੋ ਆਪਣੀ ਸਾਧ ਸੰਗਤ ਜੀ ਇਸ ਵਾਰੀ ਇਸ ਵਾਰੀ ਜੋ ਬੱਚਿਆਂ ਦਾ ਖਾਸ ਤੌਰ ਤੇ ਸਮਾਗਮ ਰੱਖਿਆ ਗਿਆ ਜੋ 8 ਤਰੀਕ ਨੂੰ ਬੱਚਿਆਂ ਦਾ ਸਮਾਗਮ ਬੱਚਿਆਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ ਬੱਚਿਆਂ ਪਾਸੋਂ ਪੁੱਛੋਂਗੇ ਕੀ ਮਹਿਸੂਸ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਨੂੰ ਬਹੁਤ ਬਹੁਤ ਵਧਾਈਆਂ ਸਮਾਗਮ ਦੀਆਂ ਅਸੀਂ ਬਹੁਤ ਖੁਸ਼ ਹਾਂ ਸਾਰੇ ਬੱਚੇ ਵੀ ਸਾਡੇ ਬਹੁਤ ਖੁਸ਼ ਨੇ ਅਸੀਂ ਸਾਡੇ ਚਾਚਾ ਜੀ ਨੇ ਅਸੀਂ ਇਹਨਾਂ ਨੂੰ ਗੇ ਵੀ ਬੇਨਤੀ ਕੀਤੀ ਸੀਗੀ ਕਿ ਹਰੇਕ ਬੱਚੇ ਨੂੰ ਭਾਵੇਂ 5 ਮਿੰਟ ਭਾਵੇਂ 10 ਮਿੰਟ ਬੱਚਿਆਂ ਨੂੰ ਦਿਆ ਕਰਨ ਸਾਨੂੰ ਵੀ ਐਤਕੀ ਟਾਈਮ ਮਿਲਿਆ ਥੈਂਕ ਯੂ ਤੁਹਾਡਾ ਇਸ ਤਰ੍ਹਾਂ ਬੱਚਿਆਂ ਨੂੰ ਵੀ ਬਹੁਤ ਬਹੁਤ ਅੱਗੇ ਪ੍ਰੋਮੋਸ਼ਨ ਕਰਨ ਦਾ ਨਾਲੇ ਸਿੱਖੀ ਬਾਰੇ ਪਤਾ ਲੱਗਣ ਲੱਗਿਆ ਗਿਆ ਐਂਡ ਬਹੁਤ ਬਹੁਤ ਖੁਸ਼ੀ ਹੈ ਸਾਨੂੰ ਅਸੀਂ ਬਹੁਤ ਐਕਸਾਈਟਡ ਆ ਐਂਡ ਬੱਚਿਆਂ ਨੂੰ ਵੀ ਅਸੀਂ ਹੋਰ ਬੱਚਿਆਂ ਨੂੰ ਵੀ ਦੱਸਾਂਗੇ ਵਾਇਗੁਰ ਜੀ ਹਿੰਮਤ ਕਰੋ ਕੋਸ਼ਿਸ਼ ਕਰੋ ਗੁਰੂ ਵਾਲੇ ਬਣੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਸ ਸਿੰਘ ਜੀ ਆਪ ਜੀ ਨੂੰ ਖੁਸ਼ੀ ਹੋਏਗੀ ਜਿਹੜਾ ਪਹਿਲਾ ਦਿਨ ਹੈ ਨਾ ਉਹ ਸਿਰਫ ਬੱਚਿਆਂ ਦਾ ਕੀਰਤਨ ਦਰਬਾਰ ਰੱਖਿਆ ਸਾਰੇ ਬੱਚੇ ਪੰਜੇ ਗੁਰੂ ਘਰਾਂ ਦੇ ਬੱਚੇ ਗੁਰਦਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬੱਚੇ ਜਿਹੜੇ ਸੁਖਮਨੀ ਸੇਵਾ ਸੁਸਾਇਟੀ ਜਿਹੜਾ ਜੁਕੇ ਦਾ ਪਰਿਵਾਰ ਹੈ ਉਹਨਾਂ ਦੇ ਬੱਚਿਆਂ ਨੇ ਕੀਰਤਨ ਦੀ ਹਾਜ਼ਰੀਆਂ ਭਰਨੀਆਂ ਨੇ ਬੀਬੀ ਜੀ ਮੇਰੇ ਪਾਸ ਕੋ ਲੋਤੇ ਹਨ ਕਿਉਂਕਿ ਇੱਥੇ ਹਰ ਸੰਡੇ ਗ੍ਰਹਿ ਵਿਖੇ ਘਰਾਮ ਕੇ ਜਾ ਕੇ ਇਹ ਬੱਚੇ ਕੀਰਤਨ ਵੀ ਕਰਦੇ ਨੇ ਸੁਖਮਨੀ ਸਾਹਿਬ ਦਾ ਜਾਪ ਵੀ ਕਰਦੇ ਨੇ ਔਰ ਇਸ ਗੱਲ ਦੀ ਖੁਸ਼ੀ ਹੈ ਉਜੇਰ ਪਹਿਲਾ ਦਿਨ ਹੈ ਉਹ ਖਾਸ ਕਰਕੇ ਬੱਚਿਆਂ ਦਾ ਰੱਖਿਆ ਔਰ ਸਭ ਤੋਂ ਵੱਡੀ ਗੱਲ ਹੈ ਗੁਰਦਾਸ ਸ੍ਰੀ ਗੁਰ ਹਰਿਕ੍ਰਿਸ਼ਨ ਸਾਹਿਬ ਤੋਂ ਪਾਵਨ ਪੁੱਤਰ ਸਰੂਪ ਸਾਹਿਬ ਸ੍ਰੀ ਗੁਰ ਰੰਸਾ ਮਾਰਜ ਜੋ ਖੁੱਲੇ ਪੰਡਾਲ ਚ ਜਾਏਗਾ ਉਤੋਂ ਨਗਰ ਕੀਰਤਨ ਦੀ ਸ਼ਕਲ ਵਿੱਚ ਆਪਾਂ ਫਿਰ ਸਾਰਿਆਂ ਨੇ ਤੁਰ ਕੇ ਜੋ ਪੰਡਾਲ ਵਿੱਚ ਸਾਹਿਬ ਸ੍ਰੀ ਧੰਨ ਧੰਨ ਸਾਹਿਬ ਸ੍ਰੀ ਗੁਰ ਰੰਸਾ ਸਾਹਿਬ ਨੂੰ ਮਾਰ ਲੈ ਕੇ ਜਾਣੇ ਨੇ ਪੰਜ ਪਿਆਰਿਆਂ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਰਹਿਮਾਈ ਹੇਠ ਤੁਨ ਤੁਨ ਗੁਰਗਨ ਸਾਹਿਬ ਮਾਰੀ ਦੀ ਛਤਰ ਛਾਇਆ ਹੇਠ ਜੋ ਕੀਰਤਨ ਆਰੰਭ ਹੋਣੇ ਹਨ ਸਭ ਤੋਂ ਪਹਿਲਾਂ ਜਿੱਥੇ ਸੁਖਮਨੀ ਸਾਹਿਬ ਦਾ ਜਾਪ ਹੋਣਾ ਹੈ ਜਿਹੜੀ ਬੜੀ ਖੁਸ਼ੀ ਦੀ ਗੱਲ ਹੈ ਜਾਪ ਕਰਨ ਤੋਂ ਪਰੰਤ ਫਿਰ ਕੀਰਤਨ ਜੋ ਲੜੀਵਾਰ ਬੱਚਿਆਂ ਨੇ ਹਾਜ਼ਰੀ ਭਰਨੀ ਹੈ ਮੇਰੀ ਬੇਨਤੀ ਹੈ ਬੱਚੇ ਵੀ ਵੱਧ ਚੜ ਕੇ ਉਸ ਦਿਨ ਦੀ ਤਿਆਰੀ ਕਰਕੇ ਆਉਣ ਜੋ ਵਿਸ਼ੇਸ਼ ਤੌਰ ਤੇ ਸਵੇਰੇ ਤਕਰੀਬਨ 8 ਵਜੇ ਤੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਤੋਂ ਪਾਉਣ ਪਿਤਸਰੂਪ ਚੱਲਣੇ ਹਨ ਜੋ ਚਾਲੇ ਪਾਉਣੇ ਹਨ ਉੱਥੇ ਜੋ ਜਿਹਨੂੰ ਆਪਾਂ ਹੈਲੀਕਾਪਟਰ ਤੇ ਫੁੱਲਾਂ ਦੀ ਵਰਖਾ ਕੀਤੀ ਜਾਣੀ ਹੈ ਖੁਸ਼ੀਆਂ ਮਨਾਉਣੀਆਂ ਨੇ ਇਸ ਸਮਾਗਮ ਦੀਆਂ ਇਸ ਵਾਰੀ ਜੋ ਬੱਚੇ ਭਾਗ ਲਏ ਨੇ ਬੀਬੀ ਦੀ ਕੀ ਫੀਲ ਕਰਦੇ ਜੀ ਆਪ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਸ ਇਹ ਚਾਹੁੰਦੇ ਹਾਂ ਕਿ ਸਾਰੇ ਦੂਰੋਂ ਨੇੜੋਂ ਪਲੀਜ਼ ਚੱਲ ਕੇ ਆਓ ਤਾਂ ਕਿ ਸਾਨੂੰ ਵੀ ਉਛਾਹ ਮਿਲੇ ਸਾਨੂੰ ਵੀ ਪਤਾ ਚੱਲੇ ਕਿ ਸਾਡੇ ਕੋਲ ਕਿੰਨੀ ਸਿਕ ਕਮਿਊਨਿਟੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੀਬੀ ਦੇ ਪਿੱਛੇ ਖਲੋਤੇ ਨੇ ਆ ਜਾਓ ਅੱਗੇ ਆ ਜਾਓ ਕੀ ਮਹਿਸੂਸ ਕਰ ਰਹੇ ਜੀ ਇਸ ਵਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਵਡ ਭੱਗਿਆ ਜਿਹੜੇ ਇੱਥੇ ਦੀ ਸੰਗਤਾਂ ਦੇ ਚਰਨ ਸਾਨੂੰ ਮਿਲੇ ਹਨ ਤੇ ਸਾਡੇ ਬੱਚਿਆਂ ਨੂੰ ਵੀ ਬੜਾ ਉਤਸ਼ਾਹ ਹੈ 8 ਤੋਂ 11 ਤਰੀਕ ਦੀ ਇਸ ਅਸੀਂ ਸਾਰੇ ਛੁੱਟੀਆਂ ਬੁੱਕ ਕਰ ਚੁੱਕਿਆ ਬੱਚੇ ਬਹੁਤ ਐਕਸਾਈਟਡ ਨੇ ਇੰਡੀਆ ਤੋਂ ਕਪੜੇ ਬਣ ਕੇ ਆ ਰਹੇ ਨੇ ਤੇ ਬੱਚੇ ਬੜੇ ਤਿਆਰੀਆਂ ਕਰ ਰਹੇ ਨੇ ਜੋਸ਼ੋਰਾ ਨਾਲ ਸੁਪਨੀ ਸਰਵ ਸੇਵਾ ਸੁਸਾਇਟੀ ਦੀ ਕਲਾਸਾਂ ਸ਼ੁਰੂ ਹੋ ਗਿਆ ਹਨ ਤੇ ਉੱਥੇ ਤਿਆਰੀਆਂ ਕਰਵਾਈਆਂ ਜਾ ਰਹੀਆਂ ਨੇ ਬੱਚਿਆਂ ਨੂੰ ਬਾਣੀ ਦੀ ਕਲਾਸਾਂ ਦੇ ਸੰખ્યા ਕਲਾਸਾਂ ਦਿੱਤੀਆਂ ਜਾ ਰਹੀਆਂ ਨੇ ਤੇ ਬੱਚੇ ਕੀਰਤਨ ਸ਼ਬਦ ਵੀ ਤਿਆਰ ਕਰ ਰਹੇ ਨੇ ਉਮੀਦ ਹੈ ਤੁਸੀਂ ਸਾਰੇ ਆਉਂਗੇ ਤੇ ਆਪਣੇ ਚਰਨ ਪਾਉਂਗੇ ਉੱਥੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾ ਸਿੰਘ ਜੀ ਮੈਂ ਬੇਨਤੀ ਕਰਦਾ ਜਾਵਾ ਇੱਥੇ ਸਾਰੀ ਸਮਰਥੀ ਹੈ ਸਾਰੀਆਂ ਸੰਗਤਾਂ ਦਾ ਨਾਰਥ ਵੈਸਟ ਪੂਰੇ ਯੂਕੇ ਦੀਆਂ ਸੰਗਤਾਂ ਦਾ ਸਾਰਾ ਧੰਨਵਾਦ ਸਾਰੇ ਵੱਟ ਚੜ ਕੇ ਆਉਣਾ ਜੋ ਸਿੱਖ ਚੈਨਲ ਨੇ ਸਾਰਾ ਲਾਈਵ ਦਿਖਾਉਣਾ ਹੈ ਇੱਕ ਅਵਰੇਜ ਕਰਕੇ ਫਿਰ ਦੁਬਾਰਾ ਵੀ ਦਿਖਾਉਣਾ ਹੈ ਇਸ ਕਰਕੇ ਮੇਰੀ ਕਹਿੰਦੇ ਬੇਨਤੀ ਹੈ ਬਹੁਤ ਵਧੀਆ ਸਮਾਗਮ ਹੋ ਰਿਹਾ ਸਾਰਿਆਂ ਨੂੰ ਖੁੱਲਾ ਸਦਾ ਯੂਕੇ ਦੀ ਸਮੁੱਚੀ ਸਾਦ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਜੋ ਸਾਡੀ ਮੈਨੇਜਮੈਂਟ ਹੈ ਜੋ ਇਸ ਸਾਲਾਨਾ ਸਮਾਗਮ ਦੀ ਹੱਥ ਜੋੜ ਕੇ ਬੇਨਤੀ ਆਪ ਜੀ ਸਮੇਂ ਸਿਰ ਤੇ ਵੱਧ ਚੜ ਕੇ ਆਓ 11 ਤਰੀਕ ਨੂੰ ਖੰਡੇ ਬਾਟੇ ਦੀ ਪੌਣ ਮਿਲੀ ਆ ਅਮਰ ਸਿਕਾਇਆ ਜਾਣਾ ਉਹਦੇ ਵਿੱਚ ਆਪ ਜੀ ਵੱਤ ਵਦ ਨਾਮ ਦੇਣ ਦੀ ਕਿਰਪਾਲਤਾ ਕਰਨੋ ਉਹ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਪ ਜੀ ਨੂੰ ਜਾਣ ਕੇ ਖੁਸ਼ੀ ਹੋਵੇਗੀ ਇਸ ਸਾਲ ਵੀ 2024 8 9 10 11 ਅਗਸਤ ਨੂੰ ਵੀਰ ਸ਼ੁਕਰ ਸ਼ਨੀਸ਼ਰ ਐਤਵਾਰ ਨੂੰ ਜੋ ਸਾਲਾਨਾ ਸਮਾਗਮ ਮਾਂਚੈਸਟਰ ਵਿਖੇ ਹੁੰਦਾ ਹੈ ਇਸ ਵਾਰ ਵੀ ਹੋ ਰਿਹਾ ਹੈ ਜੋ ਵਿਸ਼ੇਸ਼ਤਾਈਆਂ ਹਨ ਜੋ ਇਸ ਸਮਾਗਮ ਵਿੱਚ ਕੀ ਕੀ ਕੰਮ ਕੀਤੇ ਜਾਣੇ ਹਨ ਜਾਂ ਕੀ ਹੋ ਰਹੇ ਨੇ ਜੋ ਇਸ ਸਮਾਗਮ ਦੀ ਮੈਨੇਜਮੈਂਟ ਬੈਠੀ ਹੈ ਉਹਨਾਂ ਪਾਸੋਂ ਆਪ ਜੀ ਨੇ ਵਿਚਾਰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਆਪ ਸਭ ਤੋਂ ਪਹਿਲਾਂ ਜੋ ਵੀਰ ਸਦਾਰ ਪ੍ਰਭਜੋਤ ਸਿੰਘ ਜੀ ਨੂੰ ਮੈਂ ਬੇਨਤੀ ਕਰਾਂਗਾ ਜੋ ਪੰਡਾਲ ਲੱਗ ਰਹੇ ਹਨ ਕਿੰਨੇ ਬਾਰੇ ਕਿੰਨੇ ਦੇ ਔਰ ਕਿੰਨੇ ਪੰਡਾਲ ਲੱਗ ਰਹੇ ਨੇ ਔਰ ਅਮਰ ਸੰਚਾਰ ਵਾਸਤੇ ਇੱਕੀ ਪੰਡਾਲ ਹੈ ਲੰਗਰ ਵਾਸਤੇ ਇੱਕੀ ਪੰਡਾਲ ਹੈ ਔਰ ਵਿਸ਼ੇਸ਼ ਤੌਰ ਤੇ ਜੋ ਪਹਿਲੇ ਦਿਨ ਫੁੱਲਾਂ ਦੀ ਵਰਖਾ ਹੋਣੀ ਹੈ ਉਹ ਕਿਸ ਤਰ੍ਹਾਂ ਹੋਣੀ ਹੈ ਸਰਦਾਰ ਪ੍ਰਭਜੋਤ ਸਿੰਘ ਜੀ ਆਪ ਜੀ ਨੂੰ ਦੱਸਣਗੇ ਆਪ ਜੀ ਨੇ ਬੜੇ ਸਰਉਂ ਕਰਨ ਦੀ ਕਿਰਪਾਲਤਾ ਕਰਨੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਾਡਾ ਸਮਾਗਮ ਮੈਂਚੈਸਟਰ ਸਮਾਗਮ 8 9 10 11 ਅਗਸਤ ਨੂੰ ਜਿਹੜਾ ਹੋ ਰਿਹਾ ਹੈ ਉਹਦੇ ਵਿੱਚ 8 ਤਰੀਕ ਨੂੰ ਸਵੇਰੇ 8 ਵਜੇ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਹੈਲੀਕਾਪਟਰ ਅਦੇ ਵਿੱਚ ਮਹਾਰਾਜ ਦਾ ਸਰੂਪ ਅਸੀਂ ਲੈ ਕੇ ਜਾਣਾ ਹੈ ਉਹਦੇ ਤੋਂ ਬਾਅਦ ਪਾਰਕ ਦੇ ਵਿੱਚ ਪਹੁੰਚ ਕੇ ਉੱਥੇ ਪੰਜਾ ਪਿਆਰਿਆਂ ਦੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਪੰਡਾਲ ਸਾਹਿਬ ਤੇ ਅਸੀਂ ਲੈ ਕੇ ਜਾਣਾ ਤੇ ਉੱਦ ਤੋਂ ਬਾਅਦ ਜਿਹੜਾ ਹੈਲੀਕਾਪਟਰ ਹੈਗਾ ਬੱਚੇ ਜਿੰਨੇ ਵੀ ਆਪਣੇ ਇੱਥੇ ਲੋਕਲ ਆਪਣੇ ਬੱਚੇ ਹੈਗੇ ਨੇ ਉਹਨਾਂ ਨੇ ਫੁੱਲ ਹੈਲੀਕਾਪਟਰ ਵਿੱਚ ਬੈ ਕੇ ਫੁੱਲਾਂ ਦੀ ਵਰਖਾ ਕਰਨੀ ਏ ਤੇ ਅਸੀਂ ਮਹਾਰਾਜ ਦਾ ਸਰੂਪ ਜਿਹੜਾ ਹੈਗਾ ਆਪਣੇ ਪੰਡਾਲ ਤੱਕ ਲੈ ਕੇ ਜਾਣਾ ਤੇ ਜਿਹੜੇ ਜਿਹੜੀ ਰਹੀ ਗੱਲ ਸਟੇਜ ਦੀ ਤੇ ਟੈਂਟ ਦੀ ਮੇਨ ਜਿਹੜਾ ਮੇਨ ਦੀਵਾਰ ਸਾਡਾ ਹੈਗਾ तकरीबन 25x45 ਮੀਟਰ ਦਾ ਹੁੰਦਾ ਔਰ ਉਸ ਤੋਂ ਬਾਅਦ ਲੰਗਰ ਹਾਲ ਉਹ ਵੀ ਸੇਮ ਸਾਈਜ਼ ਦਾ ਹੈਗਾ ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਹੈਗੇ ਨੇ ਬੱਚਿਆਂ ਦਾ ਚਿਲਡਰਨ ਕੈਂਪ ਲੱਗਣਾ ਬਾਕੀ ਜਿਹੜੀਆਂ ਗਵਰਨਮੈਂਟ ਦੇ ਜਿਹੜੇ ادارے ਨੇ ਇਮੀਗ੍ਰੇਸ਼ਨ ਵਿੱਚ ਸਾਡੇ ਕੋਲ ਆ ਰਹੀ ਹੈ ਜਿਹੜੇ ਜਿਹੜੇ ਵੀ ਬੱਚਾ ਇਮੀਗ੍ਰੇਸ਼ਨ ਦੇ ਵਿੱਚ ਜੋਬ ਵਗੈਰਾ ਅਪਲਾਈ ਕਰਨਾ ਚਾਹੁੰਦਾ ਹੈ ਉਹ ਵੀ ਇਮੀਗ੍ਰੇਸ਼ਨ ਪਲੀਜ਼ ਫਾਇਰ ਉਹ ਸਾਰੀਆਂ ਸਾਰੇ ਹੀ ادارے ਸਾਡੇ ਕੋਲ ਉੱਥੇ ਪਹੁੰਚ ਰਹੇ ਨੇ ਇਹ ਇਹ ਬੜੀ ਇਨਾ ਚਗੀ ਆਪਣੇ ਬੱਚਿਆਂ ਵਾਸਤੇ ਹੈਗਾ ਕਿ ਆਪਣੇ ਬੱਚੇ ਇਮੀਗ੍ਰੇਸ਼ਨ ਦੇ ਵਿੱਚ ਵੀ ਆਪਣੇ ਜਾ ਕੇ ਭਰਤੀ ਹੋਣ ਉਹਦੇ ਵਿੱਚ ਫਾਇਰ ਦੇ ਵਿੱਚ ਵੀ ਪਲੀਜ਼ ਦੇ ਵਿੱਚ ਵੀ ਜਿਹੜੇ ਵੀ ਜਿਹੜੇ ਵੀ ਸੰਗਤਾਂ ਆਪਾਂ ਇਸ ਚੀਜ਼ ਦੇ ਬਲਾਹ ਲੈਣਾ ਚਾਹੁੰਦੇ ਹੋ ਅਸੀਂ ਸਾਰਿਆਂ ਨੂੰ ਸੇਵਾ ਅਸੀਂ ਸਾਰਿਆਂ ਨੂੰ ਹਾਜਰ ਦੇ ਬੇਨਤੀ ਕਰਨੇ ਕਿ ਉੱਥੇ ਪਹੁੰਚੋ ਆਪਣੇ ਫਾਰਮ ਪਰੋ ਤੇ ਗੁਰੂ ਮਹਾਰਾਜ ਦੇ ਲਾਹਾ ਲਵੋ ਉੱਥੇ ਤੋ ਤੂ ਬਾਦ ਹੋਰ ਵੀ ਬੜੇ ਚਿਲਡਰਨ ਕੈਂਪ ਚੱਲਨੇ ਨੇ ਉੱਥੇ ਲੰਗਰਾਂ ਦਾ ਹਾਲ ਅਲੱਗ ਹੈਗਾ ਚਿਲਡਰਨ ਕੈਂਪ ਦਾ ਹਾਲ ਅਲੱਗ ਹੈਗਾ ਸਰਕਾਰੀ ਜਿਹੜੇ ادارے ਉਹਨਾਂ ਦਾ ਹਾਲ ਅਲੱਗ ਹੈਗਾ ਅਮਰਤ ਸੰਚਾਰ ਦਾ ਜਿਹੜਾ ਸਪੈਸ਼ਲੀ ਸਾਡਾ ਸਾਰਾ ਇਸ ਪੂਰੀ ਹੀ ਸਮਾਗਮ ਦਾ ਜਿਹੜਾ ਨਿਚੋੜ ਅਸੀਂ ਕੱਢਨੇ ਆ ਸਾਡਾ ਅਮਰਤ ਸੰਚਾਰ ਦੇ ਉੱਤੇ ਨਿਚੋੜ ਕੱਢੀਦਾ ਤੇ ਉਸ ਅਮਰਤ ਸੰਚਾਰ ਨੂੰ ਵਾਧ ਤੂ ਵਧ ਆਪਾਂ ਵੱਡੇ ਤੋਂ ਵੱਡਾ ਕਰੀਏ ਸਾਰੇ ਨੌਜਵਾਨ ਬੱਚੇ ਜਿੰਨੇ ਵੀ ਅਮਰਗ ਅਮਰਤ ਅਬਲਾਖੀ ਨੇ ਜਿਨ੍ਹਾਂ ਨੇ ਅਮਰਤ ਨਹੀਂ ਸ਼ਕਿਆ ਉਹਨਾਂ ਸਾਰੇ ਭਰਾਵਾਂ ਭੈਣਾਂ ਬੱਚਿਆਂ ਦੀ ਬੱਚਿਆਂ ਦੇ ਚਰਨਾਂ 'ਚ ਬੇਨਤੀ ਹੈਗੀ ਆ ਕੇ 11 ਤਰੀਕ ਐਤਵਾਰ ਨੂੰ ਅਮਰ ਸੰਚਾਰੇ ਤੇ ਆ ਕੇ ਅਮਰਤ ਸ਼ਕੋ ਤੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਲ ਹੀ ਪੁੱਛਦਾ ਚੱਲਾਂ ਜੋ ਕਕਾਰ ਹਨ ਜੋ ਜਨਾ ਅਮਰਤਾ ਬਲਾਖੇਨ ਅਮਰਤ ਸ਼ਕਣਾ ਹੈ ਕਕਾਰ ਆਪਣੀ ਗੁਰਮਤ ਸਮਾਗਮ ਟੀਮ ਨਾਲ ਹਨ ਵੀਰ ਪਰਮਜੀਤ ਪ੍ਰਪਜੋਤ ਸਿੰਘ ਜੀ ਹਾਂਜੀ ਵੀਰ ਜੀ ਜੋ ਜੋ ਵੀ ਕਕਾਰ ਕਕਾਰ ਜੋ ਵੀ ਜੋ ਵੀ ਸਾਰੇ ਪੰਜ ਕਕਾਰ ਆਪਾਂ ਦੇਨੇ ਨੇ ਸਾਰੇ ਗੁਰਮਤ ਸਮਾਗਮਾਂ ਨੂੰ ਫਰੂਈ ਦਿੱਤੇ ਜਾਣਗੇ ਬਾਕੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਜਿੰਨੇ ਵੀ ਅੰਮ੍ਰਿਤ ਸ਼ਕਣਾ ਉਹ ਕੇਸੀ ਇਸ਼ਨਾਨ ਕਰਕੇ ਆਓ ਬਹੁਤ ਵਧੀਆ ਕੇਸੀ ਇਸ਼ਨਾਨ ਕਰਕੇ ਤਕਰੀਬਨ 9 9:30 ਵਜੇ ਉੱਥੇ ਪਹੁੰਚੋ ਆਪਣਾ ਨਾਮ ਲਿਖਾਓ ਆਪਣੇ ਜਿਹੜੇ ਲੋਕਲ ਗੁਰਦੁਆਰੇ ਨੇ ਮੈਂਚੈਸਟਰ ਦੇ ਸਾਰੇ ਦਾ ਨਾਮ ਲਿਖਾਓ ਜਿੱਥੇ ਵੀ ਹੈਗਾ ਤੇ ਸਵੇਰੇ 9 ਵਜੇ ਸਹ ਪਹੁੰਚੋ ਦੀ ਕਿਰਪਾਲਤਾ ਕਰੋ ਜੀ ਬਹੁਤ ਵਧੀਆ ਵੀਰ ਰਸ਼ਪਾਲ ਸਿੰਘ ਜੀ ਦਰਵੇਸ਼ ਸਾਹਿਬ ਮੈਂ ਬੇਨਤੀ ਕਰਾਂਗਾ ਜੋ ਉਸ ਦਿਨ ਬੱਚਿਆਂ ਨੇ ਜਿੱਦਾਂ ਆਪ ਜੀ ਦੀ ਸਲਾਹ ਬਣੀ ਹੈ ਜਾਂ ਆਪ ਜੀ ਨੇ ਸੋਚਿਆ ਹੈ ਸੁਖਮਨ ਸਾਹਿਬ ਦਾ ਕੋਈ ਪਾਠ ਸੁਣਾਵੇ ਕੋਈ ਜਪਜੀ ਸਾਹਿਬ ਦਾ ਪਾਠ ਸੁਣਾਵੇ ਜਾਂ ਹੋਰ ਵੀ ਬਾਣੀ ਦਾ ਪਾਠ ਸੁਣਾਵੇ ਉਹਨਾਂ ਪ੍ਰਤੀ ਆਪ ਜੀ ਕੀ ਕਰ ਰਹੇ ਜੇ ਕੀ ਆਪ ਜੀ ਦੇ ਮਨ ਦੀ ਸਲਾਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰੂ ਉਪਦੇਸ਼ ਚਲਾਏ ਜਿੰਨੇ ਵੀ ਸਾਰੇ ਗੁਰਮੁਖਾਂਨ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਗੁਰਬਾਣੀ ਦਾ ਵੱਦ ਤੋਂ ਵੱਦ ਪ੍ਰਚਾਰ ਕੀਤਾ ਜਾਏ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਏ ਉਹਨਾਂ ਨੂੰ ਅੰਮ੍ਰਿਤ ਛਕਾਇਆ ਜਾਏ ਇਹ ਜਿਹੜੀ ਸੇਵਾ ਹੈ ਇਹ ਸਭ ਤੋਂ ਮਹਾਨ ਸੇਵਾ ਹੈ ਨਾਲੇ ਪਹਿਲੇ ਦਿਨ ਜਦੋਂ ਵੀਰਵਾਰ ਨੂੰ ਸਮਾਗਮ ਸ਼ੁਰੂ ਹੋਣਗੇ ਉਹ ਦਿਨ ਜਿਹੜਾ ਹੈ ਸਾਰਾ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ ਹੈ ਸ਼ਾਮ ਤੱਕ ਰਰਾਸ ਸਭਤੀ ਸਵੇਰੇ ਤੋਂ ਸੁਖਮਨੀ ਸਬਜੀ ਦੇ ਪਾਠ ਹੋਣਗੇ ਜਦ ਪ੍ਰਕਾਸ਼ ਹੋਏਗਾ 8 ਤੋਂ 10 ਹੈਲੀਕਾਪਟਰ ਦੇ ਵਿੱਚ ਸਤਗੰਦ ਪ੍ਰਕਾਸ਼ ਹੋਣਗੇ ਉਸ ਤੋਂ ਬਾਅਦ ਹਾਲ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਜਿਹੜੇ ਸੁਖਮਨੀ ਸਾਹਿਬ ਸਿਓ ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਚਾਰੋਂ ਦਿਨ ਸੇਵਾਵਾਂ ਹੋਣ ਗਿਆ ਉੱਚੇਚੇ ਤੌਰ ਤੇ ਬੱਚਿਆਂ ਨੂੰ ਸੰਧਿਆਵਾਂ ਦਿੱਤੀਆਂ ਜਾ ਰਹੀਆਂ ਹਨ ਸੁਖਮਨੀ ਸਾਹਿਬ ਜੀ ਦੇ ਆ ਬੱਚੇ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਪਹਿਲੇ ਦਿਨ ਤੋਂ ਨਾਲ ਹੀ ਕੀਰਤਨ ਵੀ ਕਰਾਇਆ ਜਾਏਗਾ ਜੋ ਸੁਖਮਨੀ ਸਾਹਿਬ ਸਿਓ ਸੁਸਾਇਟੀ ਦੇ ਬੱਚੇ ਹਨ ਉਸੋ ਮੇਰੇ ਸੱਜ ਜੀ ਦੇ ਨਾ ਪਾਠ ਦੇ ਨਾਲ-ਨਾਲ ਕੀਰਤਨ ਵੀ ਕਰਨਗੇ ਤੇ ਨਾਲ-ਨਾਲ ਕਵਿਤਾਵਾਂ ਵੀ ਉਹਨਾਂ ਨੂੰ ਸਿਖਾਈਆਂ ਜਾ ਰਹੀਆਂ ਤਾਂ ਕਿ ਹਾਂਜੀ ਕਵਿਤਾਵਾਂ ਵੀ ਬੱਚੇ ਸੁਣਾਣਗੇ ਜੋ ਗੁਰਮਤਿ ਦੀ ਕਵਿਤਾਵਾਂ ਹਨ ਸੰਗਤ ਦੇ ਰੂਪ ਦੇ ਵਿੱਚ ਤੇ ਸੰਗਤ ਦੀ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਉਹਨਾਂ ਨੂੰ ਹੋਸਟ ਆਫ ਜ਼ਾਈ ਕਰਕੇ ਆਪ ਜੀ ਉੱਥੇ ਦਰਸ਼ਨ ਦਿਓ ਸਾਡੇ ਸਾਰੇ ਜਿੰਨੇ ਵੀ ਪ੍ਰਬੰਧਕ ਹਨ ਜਿਨ੍ਹਾਂ ਨਾਲ ਪੂਰਾ ਸਾਥ ਦੇਵੋ ਤਾਂ ਕਿ ਇਹ ਸਮਾਗਮ ਜਿਹੜੇ ਹਨ ਇਹਨਾਂ ਨੂੰ ਬਹੁਤ ਸਮਾਂ ਲੱਗਦਾ ਹੈ ਤੇ ਬਹੁਤ ਸੇਵਾਦਾਰਾਂ ਦੀ ਲੋੜ ਪੈਂਦੀ ਹੈ ਇੱਕ ਸਾਲ ਪਹਿਲਾਂ ਤੋਂ ਤਿਆਰੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਮੇਰੇ ਵੀਰ ਬੈਠੇ ਨੇ ਹਰ ਰੋਜ਼ ਦੇਖੋ ਅਸੀਂ ਸਾਰੇ ਆਪਣੇ ਕੰਮਾਂ ਤੇ ਲੱਗੇ ਹੁੰਦੇ ਆ ਕੋਈ ਦੁਕਾਨਾਂ ਤੇ ਬੈਠਾ ਹੈ ਕੋਈ ਕਿੱਥੇ ਜਾ ਰਿਹਾ ਕੋਈ ਕੀ ਕਰ ਰਿਹਾ ਲੇਕਿਨ ਇਹ ਜਿਹੜੀ ਪ੍ਰਬੰਧਕ ਕਮੇਟੀ ਹੈ ਉਹ ਵਿਚਾਰੇ ਰੋਜ਼ ਸਾਰਾ ਦਿਨ ਹੀ ਉਹ ਤਿਆਰੀਆਂ ਵਿੱਚ ਲੱਗੇ ਹੁੰਦੇ ਹਨ ਕਿਉਂਕਿ ਇਹ ਜਿਹੜਾ ਸਮਾਗਮ ਹੈ ਇਹ ਗੁਰਮਤ ਸਮਾਗਮ ਜਿਹੜਾ ਹੈ ਸਾਰੇ ਸੇਵਾਦਾਰ ਮਿਲ ਕੇ ਦੁਕਾਨਦਾਰ ਮਿਲ ਕੇ ਜੀਨੀਅਸ ਸੰਗਤਾਂ ਹਨ ਮਿਲ ਕੇ ਨਾਲ ਜਿਹੜੇ ਪੰਜ ਗੁਰੂਕਾਰ ਹਨ ਸਾਡੇ ਹੋਰ ਜਿਹੜੇ ਆਸ-ਪਾਸੇ ਜਿਹੜੇ ਗੁਰੂਕਾਰ ਹਨ ਸਾਰਿਆਂ ਦੇ ਸਹਿਯੋਗ ਦੇ ਨਾਲ ਹੁੰਦਾ ਹੈ ਕਿਉਂਕਿ ਸਮਾਗਮ ਵੱਡੇ ਤੌਰ ਤੇ ਹੁੰਦਾ ਹੈ ਇਸ ਸਮਾਗਮ ਦੇ ਵਿੱਚ ਅਸੀਂ ਕਿੰਨੇ ਵੱਡ ਪਾ ਗਏ ਆ ਤੁਸੀਂ ਦੇਖੋ ਕਿ ਜੋ ਅਨੰਦਪੁਰ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਰਹੇ ਸਾਬਾਨ ਨਾ ਉਹ ਆ ਰਹੇ ਹਨ ਨਲਦਰਬਾਰ ਸਾਹਿਬ ਤੋਂ ਗਰੰਤੀ ਸਾਹਿਬ ਆ ਰਹੇ ਹਨ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਆ ਰਹੇ ਹਨ ਐਸਾ ਮਾਹੌਲ ਬਣੇਗਾ ਜਿਵੇਂ ਆਪਾਂ ਅਨੰਦਪੁਰ ਸਾਹਿਬ ਦੇ ਵਿੱਚ ਘਰ ਬੈਠੇ ਆ ਤੇ ਸੱਚੇ ਪਾਤਸ਼ਾਹ ਮੇਰੇ ਦਸਮ ਪਿਤਾ ਸਤਿਗੁਰੂ ਆਪ ਹੀ ਆਪਣੀ ਹਾਂਜੀ ਹਾਂਜੀ ਮੇਰ ਕਰਨ ਤੇ ਤਲਵਾਰ ਲੈ ਕੇ ਖੜੇ ਹੋਣ ਕਿਉਂਕਿ ਪੰਜ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਹੀ ਸਾਨੂੰ ਕਲੀਆਂ ਵਾਲੇ ਦਰਸ਼ਨ ਹੁੰਦੇ ਹਨ ਤੇ ਖਾਸ ਕਰਕੇ ਜਦ ਅਨੰਪੁਰ ਸਾਹਿਬ ਤੋਂ ਆਏ ਹੋਣ ਤੇ ਉਹ ਸਾਰੇ ਸਾਨੂੰ ਸਾਰਿਆਂ ਨੂੰ ਅਸੀਸ ਅਸੀਸਾਂ ਵੀ ਦੇਣਗੇ ਆਸ਼ੀਰਵਾਦ ਵੀ ਦੇਣਗੇ ਤੇ ਜਿਹੜੇ ਜਿਹੜੇ ਬੱਚੇ ਸਾਡੇ ਬੱਚਿਆਂ ਮਾਤਾਵਾਂ ਪੈਣਪਰਾ ਸਾਰੇ ਅੰਮ੍ਰਿਤ ਛਕਣਗੇ ਜਿਨ੍ਹਾਂ ਨੂੰ ਸਤਿਗੁਰਾਂ ਦੀ ਗੁਰਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਨ੍ਹਾਂ ਨੂੰ ਸਤਕਾਰਿਆ ਜਾਏਗਾ ਪੰਜ ਪਿਆਰਿਆਂ ਤਰਫੋਂ ਦੇ ਨਾਲ ਹੀ ਪੰਜ ਪਿਆਰੇ ਸਹਿਬਾਨ ਸਾਡੇ ਨਾਲ ਚਾਰੋ ਦਿਨ ਹੋਣਗੇ ਸੇਵਾਵਾਂ ਕਰਨਗੇ ਹੋਰ ਕਈ ਸੇਵਾਵਾਂ ਹਾਂ ਸੰਗਤਾਂ ਦੇ ਚਲਣਾ ਬੇਨਤੀ ਹੈ ਕਿ ਆਪ ਜਣੇ ਪੂਰਾ ਸਹਿਯੋਗ ਕਰਨਾ ਹੈ ਕਿਉਂਕਿ ਜਿਵੇਂ ਮੈਂ ਆਪ ਜੀ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਗਮਾਂ ਦੀ ਤਿਆਰੀ 1 ਸਾਲ ਪਹਿਲਾਂ ਤੋਂ ਹੋ ਜਾਂਦੀ ਹੈ 4 ਦਿਨ ਦੇ ਵਿੱਚ ਕਿੰਨੇ ਕੁ ਲੰਗਰ ਬੰਨੇ ਹਨ ਜੋੜੇਕਾਰ ਦੀਆਂ ਸੇਵਾਵਾਂ ਹਨ ਹੋਰ ਪੰਡਾਲ ਦੀਆਂ ਸੇਵਾਵਾਂ ਹਨ ਸਟਾਲ ਦੀਆਂ ਸੇਵਾਵਾਂ ਹਨ ਬੱਚਿਆਂ ਦੀਆਂ ਸੇਵਾਵਾਂ ਹਨ ਸਾਰਿਆਂ ਨੂੰ ਸੰਭਾਲ ਕਰਨੀ ਸੇਵਾਵਾਂ ਕਰਨੀਆਂ ਇਹ ਬਹੁਤ ਹੀ ਜ਼ਿਆਦਾ ਜ਼ਰੂਰੀਆਂ ਹਨ ਆਪ ਸਾਰਿਆਂ ਦੀ ਚਰਨ ਬੇਨਤੀ ਹੈ ਕਿ ਆਪ ਜੀ ਆਵੋ ਜੋ ਜੋ ਸੇਵਾਵਾਂ ਆਪ ਜੀ ਨੇ ਲੈਣੀਆਂ ਹਨ ਕਿਚਨ ਹਾਲ ਦੇ ਵਿੱਚ ਲੰਗਰ ਲੰਗਰਾਂ ਦੀ ਸੇਵਾ ਲੈਣੀ ਹੋਵੇ ਜੋੜੇਕਾਰ ਦੀਆਂ ਸੇਵਾਵਾਂ ਲੈਣੀਆਂ ਹਨ ਸਟੇਜ ਤੇ ਚੋਰ ਸਭ ਦੀਆਂ ਸੇਵਾਵਾਂ ਕਰਨੀਆਂ ਹੋਣ ਕਈ ਸੇਵਾਵਾਨ ਆਪ ਜੀ ਆ ਕੇ ਸਾਡੇ ਨਾਲ ਖਲੋ ਕੇ ਕਰ ਸਕਦੇ ਹੋ ਕਿਉਂਕਿ ਇਹ ਸਮਾਗਮ ਸੰਗਤੀ ਤੌਰ ਤੇ ਕੀਤਾ ਜਾਂਦਾ ਹੈ ਅਸੀਂ ਕਿਲੇ ਮਾਫੀ ਦਾ ਜਾਚਕ ਹਾਂ ਕਿਉਂਕਿ ਇਹ ਸਾਰੇ ਦੁਕਾਨਦਾਰ ਹਾਂ ਅਸੀਂ ਸੰਤਾਨਾਂ ਮਿਲ ਕੇ ਕਰਨਾ ਹੈ ਇਹਦੇ ਵਿੱਚ ਅਸੀਂ ਸਾਰੇ ਹੀ ਸੰਗਤਾਂ ਤੋਂ ਮਾਇਆ ਇਕੱਠੀ ਕਰਕੇ ਕਿਉਂਕਿ ਮਾਇਆ ਜਿਹੜੀ ਹੈ ਗੁਰੂ ਘਰ ਦੇ ਵਿੱਚ ਮਾਇਆ ਦਾਸੀ ਹੁੰਦੀ ਹੈ ਅਸੀਂ ਸਾਰੇ ਸਿਆਣੇ ਆ ਮਾਇਆ ਦੀ ਜਗ੍ਹਾ ਸਤਗੁਰਾਂ ਦੀ ਹਜ਼ੂਰੀ ਦੇ ਵਿੱਚ ਚਰਨਾ ਥੱਲੇ ਆਉਂਦੀ ਹੈ ਕਈ ਵਾਰ ਅਸੀਂ ਕਹਿ ਦਿੰਦੇ ਆ ਇੰਨੀ ਕੋ ਮਾਇਆ ਲੱਗਦੀ ਇਸ ਸਮਾਗਮਾਂ ਦੇ ਵਿੱਚ ਲੇਕਿਨ ਇਹ ਨਹੀਂ ਦੇਖਦੇ ਕਿ ਕੀਰਤਨ ਕਿੰਨਾ ਹੁੰਦਾ ਹੈ ਕਲਯੁਗ ਮੇਂ ਕੀਰਤਨ ਪਰ ਦਾਣਾ ਤਸੀ ਪੜਦੇ ਹਾਂ ਲੇਕਿਨ ਉਹਦਾ 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 ਤੁਸੀਂ ਅਰਥ ਦੇਖੋ ਮੀਨਿੰਗ ਦੇਖੋ ਕਿ ਸਭ ਤੋਂ ਵੱਧ ਚੜ ਕੇ ਭਗਤੀ ਜਿਹੜੀ ਹੈ ਉਹ ਕੀਰਤਨ ਦੇ ਵਿੱਚ ਹੁੰਦੀ ਹੈ ਇੰਨੇ ਮਹਾਨ ਸੇਵਾਦਾਰ ਇੰਨੇ ਮਹਾਨ ਕੀਰਤਨੀਏ ਜਿੱਥੇ ਆ ਰਹੇ ਹਨ ਸਾਡੇ ਕੋਲ ਸਾਰਿਆਂ ਦੀ ਜਰਨਤ ਬੇਨਤੀ ਹੈ ਕਿ ਆਪ ਜੀ ਆਓ ਤਾਂ ਕਿ ਤਿੰਨਾਂ ਦਾ ਜੋ ਬਾਣੀ ਜੋ ਕੀਰਤਨ ਕਰਨਗੇ ਉਹਨਾਂ ਦਾ ਅਸੀਂ ਸਤਕਾਰ ਕਰਕੇ ਬਾਣੀ ਤੁਲਾ ਲੈ ਸਕੀਏ ਤੇ ਆਪਣਾ ਜਨਮ ਸੁਫਲਾ ਕਰ ਕਰ ਸਕੀਏ ਪੌਲਾਂ ਚਕਾਂ ਦੇ ਖਿਮਾ ਵਾਹਿਗੁਰੂ ਜੀ ਦਾ ਖਸਾ ਵਾਹਿਗੁਰੂ ਜੀ ਕੀ ਫਤਿਹ ਐਸ ਗੱਲ ਦੇ ਵੀ ਖੁਸ਼ੀ ਹੈ ਜਿੱਥੇ ਤਿੰਨੇ ਦਿਨ ਚਾਰ ਦਿਨ ਸਮਾਗਮ ਪਹਿਲੇ ਦਿਨ ਜਿਹੜਾ ਹੈ ਨਾ ਉਹ 8 ਵਜੇ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰਦਾਹ ਹਰ ਕਿਸਨ ਸਾਹਿਬ ਤੋਂ ਚਾਲੇ ਪਾਉਣਾ ਮਤਲਬ ਪਹਿਲੇ ਦਿਨ 8 ਵਜੇ ਜਿਹੜੇ ਬਾਕੀ ਤਿੰਨ ਦਿਨ ਸ਼ੁੱਕਰ ਸ਼ਨੀਸ਼ਰ ਐਤ ਫਰਾਈਡੇ ਸੈਟਰਡੇ ਸੰਡੇ ਠੀਕ 4:30 ਵਜੇ ਪ੍ਰਕਾਸ਼ ਹੋਏਗਾ 5 ਤੋਂ ਲੈ ਕੇ 6 ਵਜੇ ਤੱਕ ਪੰਜਾਂ ਬਾਣੀਆਂ ਦਾ ਨਿਤਨੇਮ ਫਿਰ ਆਸਾਦੀ ਵਾਰ ਉਸ ਤੋਂ ਪ੍ਰੰਤ ਸੁਖਮਨੀ ਸਾਹਿਬ ਦਾ ਜਾਪ ਫਿਰ ਨਿਰੰਤਰ ਗੁਰਬਾਣੀ ਦਾ ਕੀਰਤਨ ਚੱਲਣਾ ਮੇਰੇ ਨਾਲ ਹੀ ਵੀ ਸਦਾ ਜਸਪਾਲ ਸਿੰਘ ਜੀ ਬੈਠੇ ਨੇ ਮੈਂ ਬੇਨਤੀ ਕਰਾਂਗਾ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਲੰਗਰਾਂ ਵਿੱਚ ਸੇਵਾ ਕਰਨੀ ਲੰਗਰ ਬਣਾਉਣੇ ਕਿੱਦਾਂ ਕਿਦਾਂ ਬਣਾਉਣੇ ਲੰਗੜਾ ਵਿੱਚ ਸੁਆਵਾ ਉਹਨਾਂ ਪ੍ਰਤੀ ਮੈਂ ਬੇਨਤੀ ਕਰਨਾ ਵੀਰ ਜਸਪਾਲ ਸਿੰਘ ਜੀ ਦਸੰਦ ਕਿਰਪਾਤਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਗਸਤ ਦੇ ਮਹੀਨੇ 2024 8 9 10 11 ਨੂੰ ਸਮਾਗਮ ਹੋ ਰਿਹਾ ਨਮਨਜ ਸਰਕਾਰ ਜਿਹਦੇ ਵਿੱਚ ਚਾਰੋ ਦਿਨ ਸਵੇਰੇ ਦੁਪਹਿਰ ਸ਼ਾਮੀ ਰਾਤੀ ਲੰਗਰ ਬਣਨਗੇ ਤੇ ਸਾਨੂੰ ਸੇਵਾਦਾਰਾਂ ਦੀ ਲੋੜ ਹੈ ਕਟਿੰਗ ਦੀ ਸੇਵਾ ਦੀ ਲੋੜ ਹੈ ਨਾਲੇ ਪਤੀਲੇ ਨਾਂਜੰਡੀ ਸੇਵਾ ਲੋੜੇ ਤੇ ਸੇਵਾਦਾਰਾਂ ਦੀ ਲੋੜੇ ਬੜੀ ਲੰਗਰ ਬਣਾਉਣੇ ਚ ਪਰਤਾਉਣੇ ਨਾਲੇ ਸਫਾਈ ਵਿੱਚ ਹਰ ਚੀਜ਼ ਵਾਸਤੇ ਸਾਨੂੰ ਸੇਵਾਦਾਰਾਂ ਦੀ ਲੋੜ ਹੈ ਤੇ ਸਾਰੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਆਪਣੇ ਆਪਣੇ ਹਿਸਾਬਾਓ ਸੇਵਾ ਦੇ ਸ਼ਕਾਰ ਤੇ ਆਪ ਜੀ ਵੀ ਆਓ ਤੇ ਹੋਰਾਂ ਨੂੰ ਵੀ ਲੈ ਕੇ ਆਓ ਤੇ ਨਾਲੇ ਸਾਨੂੰ ਜੋੜੇ ਕਰਦੇ ਸ਼ਕਾਰ ਵੀ ਸੇਵਾਦਾਰਾਂ ਦੀ ਲੋੜ ਹੈ ਜੋ ਸਵੇਰੇ 5 ਵਜੇ ਜੋੜੇਕਾਰ ਖੁੱਲ ਜਾਣਗੇ ਤੇ ਰਾਤੀ 12 11 ਵਜੇ ਬੰਦ ਹੋਣਗੇ ਤੇ ਜਿੰਨੇ ਜਿੰਨੇ ਨੇ ਸੇਵਾ ਕਰਨੀ ਹੈ ਆਪਣਾ ਆਪਣਾ ਟਾਈਮ ਟਾਈਮਿੰਗ ਜੇ ਦੱਸਣ ਉਹਨਾਂ ਨੇ ਵੀ ਅਸੀਂ ਇਸ ਟਾਈਮ ਆ ਸਕਦੇ ਆਪਣਾ ਨਾਮ ਤੇ ਟਾਈਮ ਲਿਖਾ ਸਕਦੇ ਹੋ ਬਾਕੀ ਖੁੱਲਾ ਪੰਡਾਲ ਹੈ ਜਿੰਨੇ ਵੀ ਆਉਣਾ ਹੈ ਜਿੰਨੇ ਵਜੇ ਵੀ ਆਉਣਾ ਹੈ ਜਿਸ ਟਾਈਮ ਵੀ ਆਉਣਾ ਹੈ ਸੇਵਾ ਖੁੱਲ੍ਹੀ ਹੈ ਗੁਰੂ ਮਹਾਰਾਜ ਦੀ ਤੁਸੀਂ ਆ ਕੇ ਸੇਵਾ ਕਰ ਸਕਦੇ ਹੋ ਜੋੜੇਕਾਰ ਦੀ ਸੇਵਾ ਨਾਲੇ ਲੰਗਰ ਪਾਣੀ ਦੀ ਸੇਵਾ ਨਾਲੇ ਕਟਿੰਗ ਦੀ ਸੇਵਾ ਨਾਲੇ ਵੱਡੇ ਵੱਡੇ ਪਤੀਲੇਾਂ ਤੋਲਣ ਦੀ ਸੇਵਾ ਇਹ ਸਾਰੀ ਸੇਵਾਵਾਂ ਨੇ ਤੇ ਨਾਲੇ ਜਿਹੜਾ ਕਿ ਬੱਚੇ ਦਰ ਦਰ ਦੌੜਦੇ ਨੇ ਛੋਟੇ ਬੱਚੇ ਜਿਹੜੇ ਦੌੜਪਾਛ ਕਰਦੇ ਨੇ ਚਿਕਾ ਮਾਰਦੇ ਨੇ ਉਹਨਾਂ ਨੂੰ ਸਾਂਭਣ ਦੀ ਅਥਾਰਟੀ ਸੇਵਾ ਲੋੜ ਪੈਂਦੀ ਸਾਨੂੰ ਕਿਉਂਕਿ ਬੱਚੇ ਨੇ ਉਹਨਾਂ ਨੂੰ ਨਹੀਂ ਪਤਾ ਲੇਕਿਨ ਸਾਨੂੰ ਸੇਵਾਦਾਰਾਂ ਦੀ ਲੋੜ ਹੈ ਉਹਨਾਂ ਨੂੰ ਬਿਠਾਈ ਆਰਾਮ ਨਾਲ ਅੰਦਰ ਤੇ ਸਾਰੀ ਸੇਵਾਵਾਂ ਦੀ ਲੋੜ ਹੈ ਤੇ ਸਾਨੂੰ ਸਾਰੇ ਸੇਵਾਦਾਰਾਂ ਦੀ ਵੀ ਲੋੜ ਹੈ ਅਸੀਂ ਆਪੇ ਵੀ ਸੇਵਾ ਕਰਾਂਗੇ ਤੇ ਤੁਸੀਂ ਵੀ ਸਾਡਾ ਸਹਿਯੋਗ ਦਿਓ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਦਾ ਜਾਵਾ ਵੀਰ ਹਰਮਿੰਦਰ ਸਿੰਘ ਜੀ ਜੋ ਰੱਜ ਕੇ ਸਵਾਵਾਂ ਕਰਦੇ ਹਨ ਉਹਨਾਂ ਦੇ ਵੀ ਵਿਚਾਰ ਲੈਣੇ ਜ਼ਰੂਰੀ ਹਨ ਕਿਉਂਕਿ ਜਿੱਥੇ ਬੱਚਿਆਂ ਨੂੰ ਕੰਟਰੋਲ ਕਰਨਾ ਬੱਚਿਆਂ ਦੀ ਦੇਖਭਾਲ ਕਰਨੀ ਔਰ ਸਭ ਤੋਂ ਵੱਡੀ ਗੱਲ ਲੰਗਰ ਵਿੱਚ ਸਵਾਵਾ ਕਰਨੀਆਂ ਆਪ ਜੀ ਕੀ ਆਪਣੇ ਵਿਚਾਰ ਦਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੱਥ ਜੋੜ ਕੇ ਸਾਰੇ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ 8 9 10 11 ਜੋ ਸਮਾਗਮ ਅਗਸਤ ਵਿੱਚ ਹੋ ਰਹੇ ਹਨ ਵੱਡੇ ਪੱਧਰੀ ਹਾਂ ਜੋ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਹੈ ਸਾਡੇ ਸਾਰਿਆਂ ਤੇ ਤੇ ਬੀਬੀਆਂ ਨੂੰ ਖਾਸ ਕਰਕੇ ਛੋਟੀਆਂ ਪੇਣਾ ਬੀਬੀਆਂ ਮਾਤਾਵਾਂ ਜਿਨੇ ਵੀ ਹੈਨ ਮੇਰੇ ਵੀਰ ਸਾਰਿਆਂ ਨੂੰ ਹੱਥ ਜੋੜ ਕੇ ਚਰਨੀ ਹੱਥ ਲਾ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਸਾਰਿਆਂ ਨੇ ਚਾਰੋ ਦਿਨ ਹਮ ਹਮਾ ਕੇ ਪਹੁੰਚਣਾ ਹੈ ਕਿਉਂਕਿ ਪ੍ਰਸ਼ਾਦਾਂ ਦੀ ਸੇਵਾ ਹੈ ਵਰਤਨਾ ਦੀ ਸੇਵਾ ਹੈ ਪੇੜਿਆਂ ਦੀ ਸੇਵਾ ਹੈ ਹੋਰ ਆਟਾ ਗੁੰਨਣ ਦੀ ਸੇਵਾ ਬਹੁਤ ਹੈ ਸਿਰਫ ਤੁਹਾਡੀ ਸੇਵਾ ਦੀ ਲੋੜ ਹੈ ਸਾਰੇ ਸੰਗਤਾਂ ਦੀ ਸੋ ਆਪ ਜੀ ਸਾਰਿਆਂ ਨੇ ਹਮ ਹਮਾ ਕੇ ਪਹੁੰਚ ਕੇ ਸਾਡਾ ਸਾਥ ਦਿਓ ਸਾਡੇ ਇਸ ਸੋਸਾਇਟੀ ਦਾ ਸੇਵਾਦਾਰਾਂ ਦਾ ਸਾਰਿਆਂ ਦਾ ਸਾਥ ਦਿਓ ਸੋ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਜੋ ਇਸ ਸਮਾਗਮ ਅਸੀਂ ਫਿਰ ਮਨਾ ਰਹੇ ਹਾਂ ਸੋ ਆਪ ਜਿੰਨਾਂ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਲ ਹੀ ਵੀਰ ਪ੍ਰਭ ਜੋਸ਼ ਸਿੰਘ ਨੇ ਇੱਕ ਮਨਚੇਤਾ ਆਇਆ ਆਪ ਜੀ ਨੇ ਬੱਚਿਆਂ ਵਾਸਤੇ ਮੈਨੂੰ ਪਤਾ ਲੱਗਾ ਜੋ ਪੰਘੂੜੇ ਜਿਸ ਆਪਾਂ ਨੂੰ ਕਹਿੰਦੇ ਇੱਕ ਬੱਚਾ ਦੇ ਖੇਡਣ ਵਾਸਤੇ ਉਹ ਆਪ ਜੀ ਨੇ ਕੀ ਉਪਰਾਲਾ ਕੀਤਾ ਹੈ ਖਾਸ ਕਰਕੇ ਬੱਚਿਆਂ ਵਾਸਤੇ ਭਾਈ ਸਾਹਿਬ ਜੀ ਇਸ ਵਾਰੀ ਨਾਲ ਅਸੀਂ ਤਕਰੀਬਨ ਕੋਈ 40 40 45 ਮੀਟਰ ਲੰਬਾ ਜਿਹੜਾ ਨਾ ਕੈਸਲ ਬੱਚਿਆਂ ਵਾਸਤੇ ਸਪੈਸ਼ਲੀ ਜਿਹੜੇ ਛੋਟੇ ਆਪਣੇ ਬੱਚੇ ਨੇ ਨਾ ਉਹ ਇੱਧਰ ਉੱਧਰ ਨਾ ਭੱਜਣ ਤੇ ਮਾਵਾਂ ਜਿਹੜੀਆਂ ਮਾਵਾਂ ਭੈਣਾਂ ਆਪਣੀਆਂ ਸਾਰੀਆਂ ਜਾਂ ਥੋੜੇ ਦਰਬਾਰ ਵਿੱਚ ਬੈਠੀਆਂ ਹੁੰਦੀਆਂ ਜਾਂ ਕਿਤੇ ਦੇ ਸੇਵਾ ਕਰਦੀਆਂ ਹੁੰਦੀਆਂ ਤੇ ਬੱਚੇ ਜਿਹੜੇ ਨੇ ਇੱਧਰ ਉੱਧਰ ਭੱਜਦੇ ਨੇ ਤੇ ਉਹਨਾਂ ਕਰਕੇ ਤਕਰੀਬਤ ਤਕਰੀਕਾ ਭਈ 45 ਮੀਟਰ ਲੰਬਾ ਬਹੁਤ ਵੱਡਾ ਸਾਡਾ ਤਕਰੀਬਨ ਤੇ ਤਕਰੀਬਨ ਕੋਈ 20 ਮੀਟਰ ਉੱਚਾ ਹੋਣਾ ਉਹ ਬਹੁਤ ਹੀ ਬਹੁਤ ਹੀ ਵੱਡਾ ਜਿਹੜਾ ਬਹੁਤ ਹੀ ਵੱਡਾ ਜਿਹੜਾ ਕੈਸਲ ਹੈ ਜਿਹੜਾ ਨਾ ਉਹ ਸਪੈਸ਼ਲੀ ਬੱਚਿਆਂ ਵਾਸਤੇ ਕੀਤਾ ਛੋਟੇ ਵੱਡੇ ਬੱਚੇ ਮਾਵਾਂ ਭੈਣਾਂ ਵੀ ਉੱਤੇ ਛਾਲਾ ਮਾਰ ਸਕਦੀਆਂ ਨੇ ਤੇ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿਉਂਕਿ ਆਪ ਜੀ ਜਦੋਂ ਕਰ ਰਹੀ ਸੀ ਬੁੱਕ ਮੈਂ ਤਾਂ ਵੇਖਿਆ ਮੈਂ ਉਹਦੇ ਕਹਿਣਾ ਚਾਹੁੰਦਾ ਸੀ ਬਹੁਤ ਵਧੀਆ ਵਧਾਈ ਦੇ ਪਾਤਰ ਜੇ ਤੁਸੀਂ ਇਹ ਕਾਰਜ ਕਰ ਰਹੇ ਜੇ ਆਹ ਨਾਲ ਹੀ ਬੱਚੇ ਬੈਠੇ ਹਨ ਕਿਉਂਕਿ ਇਹ 5 6 ਸਾਲ ਤੋਂ ਸਾਲਾਨਾ ਸਮਾਗਮ ਮਾਂਚੈਸਟਰ ਵਿੱਚ ਚੱਲਦਾ ਹੈ ਤਕਰੀਬਨ ਸਾਰੇ ਵੀਰਾਂ ਦੇ ਸਹਿਯੋਗ ਨਾਲ ਸਾਰੇ ਗੁਰੂ ਘਰਾਂ ਦੇ ਸਹਿਯੋਗ ਨਾਲ ਪੂਰੇ ਯੂਕੇ ਦੀ ਸੰਗਤ ਦੇ ਸਹਿਯੋਗ ਨਾਲ ਔਰ ਸਭ ਤੋਂ ਵੱਡੀ ਗੱਲ ਹੈ ਬڑے ਗੁਰੂ ਕੇ ਕੀਰਤਨੀਏ ਜਿਹਨਾਂ ਨੇ ਆਪਾਂ ਨੂੰ ਰੱਬ ਨਾਲ ਜੋੜਨਾ ਉਸ ਅਕਾਲ ਪੁਰਖ ਨਾਲ ਜੋੜਨਾ ਉਹ ਕੀਰਤਨੀ ਵੀ ਪਹੁੰਚ ਰਹੇ ਨੇ ਕਥਾਵਾਚਕ ਵੀ ਪਹੁੰਚ ਰਹੇ ਨੇ ਸਿੰਘ ਸਾਹਿਬਾਨ ਵੀ ਪਹੁੰਚ ਰਹੇ ਨੇ ਤੇ ਮੈਂ ਨਾਲ ਹੀ ਬੱਚਾ ਬੈਠਾ ਹੈ ਮੈਂ ਉਹਨੂੰ ਬੇਨਤੀ ਕਰਾਂਗਾ ਜੋ ਉਸ ਦਿਨ ਦੀ ਲੰਗਰ ਜੋ 1 2 4 3 ਦਿਨ ਸਾਨੂੰ ਪਹਿਲਾਂ ਲੋੜ ਪੈਣੀ ਹੈ ਉਹਦਾ ਤੁਸੀਂ ਕੀ ਪ੍ਰਬੰਧ ਕਰ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਰਤ ਸੀ ਜਿਵੇਂ ਹਰ ਚੀਜ਼ ਦੀ ਸੰਗਤ ਤਾਨੂੰ ਲੋਡ ਪੈ ਸੇਵਾਦਾਰਾਂ ਦੀ ਬਹੁਤ ਲੋਡ ਪੈਗੀ ਕਿਉਂਕਿ ਸਮਾਗਮ ਸਮਾਗਮ ਖਾਲੀ ਕਮੇਟੀ ਮੈਂਬਰਾਂ ਨਾਲ ਤੇ ਕਮੇਟੀ ਦੇ ਕੰਮ ਨਾਲ ਨਹੀਂ ਚੱਲਦਾ ਸੰਗਤ ਦੀ ਜ਼ਰੂਰ ਲੋਡ ਪੈਂਦੀ ਹੈ ਸੇਵਾਦਾਰਾਂ ਦੀ ਲੋਡ ਪੈਂਦੀ ਹੈ ਤੇ ਸਮਾਗਮ ਤੋਂ 8 9 10 11 ਤਰੀਕ ਤੋਂ ਪਹਿਲਾਂ 2 3 ਪਹਿਲੇ ਇਥੇ ਗੁਰੂ ਘਰ ਦੇ ਜਿਹੜੀ ਸੇਵਾ ਚੱਲਣੀ ਹੈ ਤੇ ਗੁਰੂ ਹਰਕਿਸ਼ਨ ਸਾਹਿਬ ਗੁਰਦੁਆਰੇ ਸਾਹਿਬ ਵਿੱਚ ਇੱਥੇ ਸੇਵਾ ਚੱਲਣੀ ਹੈ ਇਸ ਜਿਵੇਂ ਪਿਆਜ਼ ਛਿਲਣਾ ਹੋ ਗਿਆ ਹੋਰ ਤਰਾ ਦੀ ਸੇਵਾ ਆਟਾ ਗੋ ਗਿਆ ਹਰ ਚੀਜ਼ ਦੀ ਸੇਵਾ ਸੰਗਤ ਸਾਨੂੰ ਸੇਵਾਦਾਰਾਂ ਦੀ ਬਹੁਤ ਲੋਡ ਪੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੌਰਥ ਵੈਸਟ ਦਾ ਸੇਵਾਦਾਰ ਹੋਂਦੇ ਨਾਤੇ ਦਾਸ ਗਾਨੀ ਅਮਰੀਕਨ ਅਠੌਰ ਮੇਰੇ ਨਾਲ ਹੀ ਵੀਰ ਪ੍ਰਭ ਜੋਤ ਸਿੰਘ ਜੀ ਰਸ਼ਪਾਲ ਸਿੰਘ ਜੀ ਦਰਵੇਸ਼ ਜਸਪਾਲ ਸਿੰਘ ਜੀ ਇਧਰ ਹਰਵਿੰਦਰ ਹਰਵਿੰਦਰ ਸਿੰਘ ਜੀ ਵੀਰ ਸਾਰੇ ਮੇਰੇ ਵੀਰ ਬੈਠੇ ਹਨ ਅਸੀਂ ਨੌਰਥ ਵੈਸਟ ਦੀ ਜਿੱਥੇ ਸਮੁਤੀ ਟੀਮ ਹੈ ਉਥੇ ਮਾਂਚੈਸਟਰ ਦੀ ਸਮੁਤੀ ਮੈਨੇਜਮੈਂਟ ਵੱਲੋਂ ਵੀ ਹੱਥ ਜੋੜ ਕੇ ਦੂਰੋਂ ਨੇੜੇੋਂ ਸੰਗਤਾਂ ਨੂੰ ਬੇਨਤੀ ਕਰਾਂਗੇ ਇਹ ਸਾਰਾ ਪ੍ਰੋਗਰਾਮ ਸਿੱਖ ਜਨਤ ਤੇ ਲਾਈਵ ਦਿਖਾਇਆ ਜਾਣਾ ਹੈ ਔਰ ਜਿਹੜੀ ਸਭ ਤੋਂ ਵਿਸ਼ੇਸ਼ ਤੌਰ ਤੇ ਹੱਥ ਜੋੜ ਕੇ ਬੇਨਤੀ ਹੈ ਦੂਰੋਂ ਨੇੜੇੋਂ ਆਈਆਂ ਸੰਗਤਾਂ ਪ੍ਰਤੀ ਬੇਨਤੀ ਹੈ ਜਿੱਥੇ ਆਪ ਜੀ ਨੇ ਸਮੇਂ ਸਿਰ ਆਉਣਾ ਉਥੇ ਖੰਡੇ ਬਾਟੇ ਦੀ ਜਿਹਨੇ ਪਔਰ ਜਨਾ ਜਨਾ ਸ਼ੱਕ ਨਹੀਂ ਹੈ ਉਹ ਆਪ ਜੀ ਨੇ ਵੇਖਿਆ ਹੋਗਾ ਲੀਫਲੈਟ ਤੇ ਤਿੰਨ ਟੈਲੀਫੋਨ ਨੰਬਰ ਦਿੱਤੇ ਨੇ ਉਹਦਾ ਕਾਰਨ ਹੁੰਦਾ ਆਪ ਨਾਮ ਦੱਸ ਦਿਓਗੇ ਜੇ ਪਹਿਲਾਂ ਆ ਜਾਣ ਉਹਨੇ ਫਿਰ ਅਸੀਂ ਪੰਜਾਂ ਪਿਆਰੋਂ ਦੱਸ ਦਨੇ ਆ ਆਪਾਂ ਨੂੰ ਕਕਾਰ ਤੇ ਬਹੁਤ ਬੇਨਤ ਪਾਏ ਨੇ ਜਿਨੇ ਮਰਜ਼ੀ ਲਓ ਜਿਨ੍ਹਾਂ ਨਹੀਂ ਮਿ ਛਕੇ ਆ ਅੰਮ੍ਰਿਤ ਉਹ ਵੀ ਜੇ ਕਿ ਇਨਕਕਾਰ ਖੰਨਾ ਹੋਵੇ ਫ੍ਰੀ ਮਿਲੇਗਾ ਪਰ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਕਕਾਰ ਇੱਥੋਂ ਮਿਲ ਲਗੇ ਸਿਰਫ ਕੇਸ਼ੀ ਸ਼ਨਾਣ ਜਿੱਤਾ ਵੀਰ ਸਦਾ ਪ੍ਰਭ ਜੋਸ਼ ਨੇ ਆਖਿਆ ਨਾ ਕੇਸ਼ੀ ਸ਼ਨਾਣ ਕਰਕੇ ਤੁਸੀਂ 9 ਵਜੇ ਤੱਕ ਆਜੋ ਕਕਾਰ ਮੈਨੇਜਮੈਂਟ ਕਮੇਟੀ ਵੱਲੋਂ ਮਿਲੇਗਾ ਜਿੱਥੇ ਸਾਰਾ ਪ੍ਰੋਗਰਾਮ ਚਾਰੇ ਦਿਨ ਸਖਚੰਨ ਨੇ ਲਾਈਵ ਆਪ ਜੀ ਨੂੰ ਘਰਾਂ 'ਚ ਬੈਠਿਆਂ ਦਿਖਾਉਣਾ ਹੈ ਇਹ ਵੀ ਇੱਕ ਵੱਖਰਾ ਹੀ ਨਜ਼ਾਰਾ ਜਿੱਦਾਂ ਆਪਾਂ ਨਾਨਦਪੁਰ ਸਾਹਿਬ ਦੀਆਂ ਪਹਾੜੀਆਂ ਦੇ ਦਰਸ਼ਨ ਕਰਨੇ ਆ ਨਾ ਇਸ ਵਾਰੀ ਉਸੇ ਤਰ੍ਹਾਂ ਹੀ ਹੀਟਨ ਪਾਰਕ ਵਿਖੇ ਇਹ 4 ਦਿਨ ਦਾ ਸਾਲਾਨਾ ਸਮਾਗਮ ਹੋ ਰਿਹਾ ਆਪਜੀ ਸੰਗਤਾਂ ਨੂੰ ਖੁੱਲਾ ਸਦਾ ਦੂਰੋਂ ਨੇੜਿਓਂ ਸੰਗਤਾਂ ਆਈਆਂ ਦਾ ਧੰਨਵਾਦ ਤੇ ਸਾਰੇ ਆਨਕੇ ਜਿੱਥੇ ਅਸੀਸ ਬਖਸੋ ਉਥੇ ਸਮਿਤੀ ਸਾਲਾਨਾ ਸਮਾਗਮ ਜੋ ਮੈਨੇਜਮੈਂਟ ਹੈ ਉਹਨੂੰ ਆਨਕੇ ਅਸੀਸਾਂ ਦੇਣ ਦੀ ਕਿਰਪਾਲਤਾ ਕਰੋ ਦੁਬਾਰਾ ਫਿਰ ਵੀਰਾਂ ਦਾ ਧੰਨਵਾਦ ਸਿੱਖ ਚੈਨਲ ਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ